ताजातरीन खबरों के लिए प्राइम न्यूज 24 को सब्सक्राइब करें और बेल आइकन का बटन दबाएं। नमस्कार, स्वागत है आपका प्राइम न्यूज 24 में। मैं हूं कृतिका। जिला गुरदासपुर के बटाला के नज़दीक गांव सेद मुबारक कुल्लिया में दो गुटों के बीच हुई तकरार। तकरार इतनी बड़ी कि एक गुट की तरफ से फायरिंग की गई, जिसके चलते तीन नौजवान हुए गंभीर जख्मी, जिन्हें बटाला अस्पताल में अमृतसर अस्पताल के लिए रेफर किया गया। बताया जा रहा है कि एक नौजवान के सिर में गोली लगी है। वहीं जख्मी नौजवान के परिवार वालों का कहना है कि गाँव का रहने वाला एक परिवार आज देर शाम गाँव के छप्पड़ पर जेसीबी की मदद से कब्जा करने की कोशिश में था, तो गांव के नौजवानों ने उसे रोका, तो इसी के चलते तकरार बढ़ गई और कब्जा कर रहे गुरदीप सिंह ने अपनी लाइसेंस रिवॉल्वर से गांव के नौजवानों पर गोलियां दाग दी, जिसके चलते तीन नौजवानों को गोली लगी है, जबकि इनमें से एक नौजवान के सिर पर गोली लगी है और वहीं जख्मी हालत में नौजवानों को सिविल अस्पताल बटाला लाया गया है। यहां अस्पताल प्रशासन की तरफ से नौजवानों की हालत गंभीर होने के चलते उन्हें अमृतसर अस्पताल में इलाज के लिए भेजा गया है। उधर इस वारदात की सूचना मिलने पर पुलिस जिला बटाला के पुलिस अधिकारी भी गांव में मौके पर पहुंचे। उन्होंने बताया कि मामला दर्ज कर तफ्तीश शुरू कर दी गई है, जबकि आरोपी फरार बताया जा रहा है। वहीं पुलिस अधिकारियों ने बताया कि आरोपी पेशे से एक वकील है। प्राइम न्यूज 24 के लिए गुरदासपुर से जतेंद्र कुंडल की रिपोर्ट। ਸਾਡਿਆਂ ਮੁੰਡਿਆਂ ਨੇ ਆਖਿਆ ਤੇ ਪਿੰਡ ਦਾ ਪਾਣੀ ਪੈਂਦਾ। ਕੌਣ ਪੂਰ ਲਗਾਏ? ਇਹ ਜਗਿੰਦਰ ਸਿੰਘ। ਅੱਛਾ ਜੀ। ਇਹ ਸਾਡੇ ਮੁੰਡਿਆਂ ਨੇ ਆਖਿਆ ਤੇ ਕੋਈ ਗੱਲ ਨੀ, ਤੂੰ ਛੱਪੜ ਨਾ ਪੂਰ, ਸਾਰੇ ਪਿੰਡ ਦਾ ਪਾਣੀ ਪੀਂਦਾ, ਜਾਣਦੇ ਇਹ ਗੱਲ ਨੂੰ। ਬਸ ਇਹੋ ਗੱਲ ਹੋਈ ਜੀ। ਇੰਨੀ ਗੱਲ ਦੇ ਵਿੱਚ ਉਹਦਾ ਮੁੰਡਾ ਘਰ ਨੂੰ ਭੱਜ ਗਿਆ। ਕੌਣ? ਆਪਣਾ ਗੁਰਦੀਪ ਸਿੰਘ। ਗੁਰਦੀਪ ਸਿੰਘ, ਹਾਂਜੀ। ਉਹਨੇ ਜਾ ਕੇ ਪਿਸਤੌਲ ਲੈਣ ਦਾ ਪੁੱਛਿਆ ਨੀ, ਗਿੱਛਿਆ ਨੀ, ਕੋਈ ਗੱਲ ਨੀ, ਬਾਹਰ ਨੀ। ਕਿਹਨੂੰ ਕਿਹਨੂੰ ਗੋਲੀਆਂ ਵੱਜੀਆਂ ਜੀ? ਇੱਕ ਮਨਜੋਤ ਸਿੰਘ ਨੂੰ। ਅੱਛਾ ਜੀ। ਇੱਕ ਲਵਦੀਪ ਨੂੰ। ਅੱਛਾ ਜੀ। ਇੱਕ ਅਰਸ਼ਪ੍ਰੀਤ ਨੂੰ। ਅੱਛਾ ਜੀ, ਹਾਂਜੀ। ਤੇ ਹੁਣ ਕਿੱਥੇ ਲੈ ਗਏ? ਅੰਮ੍ਰਿਤਸਰ ਲੈ ਗਏ ਜੀ। ਤੁਹਾਡੇ ਕੀ ਲੱਗਦੇ ਸੀ? ਮੇਰਾ ਇੱਕ ਭਤੀਜਾ ਹੈ, ਪੁੱਤਰ ਆਣਾ ਭਤੀਜਾ ਤੇ ਇੱਕ ਮੁੰਡਾ। ਠੀਕ ਜੀ। ਇੱਕ ਪੁੱਤਰਾ ਲੱਗਦਾ। ਠੀਕ ਜੀ, ਹਾਂਜੀ, ਓਕੇ। ਸਾਡੇ ਕੋਲ ਆਏ ਆ ਵਿਦ ਫਾਇਰ ਆਰਮ ਇੰਜਰੀ। ਮਨਜੋਤ ਸਿੰਘ 28 ਸਾਲ ਉਮਰ, ਇੱਕ ਅਰਸ਼ਪ੍ਰੀਤ ਸਿੰਘ 19 ਸਾਲ ਉਮਰ ਤੇ ਲਵਦੀਪ ਸਿੰਘ 30 ਸਾਲ ਉਮਰ। ਇਹ ਸਰ ਤਿੰਨੇ ਕੇਸ ਗਨਸ਼ੋਟ ਇੰਜਰੀ ਦੇ ਹੈਗੇ ਆ, ਸੈਦ ਮੁਬਾਰਕ ਵਿਲੇਜ, ਆਪਣਾ ਬਾਈਪਾਸ ਅੰਮ੍ਰਿਤਸਰ ਰੋਡ ਤੋਂ। ਇਹਨਾਂ ਤਿੰਨਾਂ ਨੂੰ ਸਰ ਅਸੀਂ ਫਸਟ ਏਡ ਦੇ ਕੇ, ਜੋ ਵੀ ਇਹਨਾਂ ਦਾ ਫਸਟ ਏਡ ਟ੍ਰੀਟਮੈਂਟ ਬਣਦਾ ਸਾਰਾ ਕਰਨ ਤੋਂ ਬਾਅਦ ਉਪਰੰਤ ਇਹਨਾਂ ਨੂੰ ਜਲਦੀ ਅਸੀਂ ਅੰਮ੍ਰਿਤਸਰ ਹਰ ਇੰਸਟੀਟਿਊਸ਼ਨ 'ਚ ਰੈਫਰ ਕਰ ਦਿੱਤਾ। ਸਰ ਇਹ ਸਰ ਇਹ ਤਿੰਨੇ ਸਰ ਕੇਸ ਗੁਰੂ ਨਾਨਕ ਦੇਵ ਹੋਸਪਿਟਲ ਮੈਡੀਕਲ ਕਾਲਜ, ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ। ਸਰ ਇੱਕ ਦੇ ਹੱਥ ਦੇ ਲੱਗੀ ਹੈ, ਇੱਕ ਕੇਸ ਦੇ ਮਨਜੋਤ ਸਿੰਘ ਦੇ, ਇੱਕ ਦੇ ਸਰ ਦੂਸਰੇ ਕੇਸ ਦੇ ਸ਼ੋਲਡਰ ਦੇ, ਇੱਕ ਦੇ ਹਿੱਪ ਦੇ। ਸੀਰੀਅਸ ਨੇ? ਹਾਂਜੀ ਸਰ, ਜਿਨ੍ਹਾਂ ਦੇ ਹੈੱਡ ਦੇ ਲੱਗੀ ਹੈ ਜ਼ਿਆਦਾ, ਸਭ ਤੋਂ ਜ਼ਿਆਦਾ ਸੀਰੀਅਸ ਨੇ। ਪਿੰਡ ਕੁੱਲੀਆਂ, ਥਾਣਾ ਸਦਰ ਬਟਾਲਾ, ਇੱਥੇ ਇੱਕ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿੱਚ ਗੋਲੀ ਚੱਲਣ ਦੀ ਵਾਰਦਾਤ ਹੋਈ ਆ, ਜਿਹਦੇ ਵਿੱਚ ਅਰਸ਼ਪ੍ਰੀਤ ਸਿੰਘ, ਰਣਜੋਤ ਸਿੰਘ ਅਤੇ ਲਵਪ੍ਰੀਤ ਸਿੰਘ ਤਿੰਨ ਨੌਜਵਾਨ ਇੰਜਰਡ ਹੋਏ ਨੇ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਵਿਖੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਿਜਾਇਆ ਗਿਆ ਆ। ਇਹਦੇ ਵਿੱਚ ਦੋਸ਼ੀ ਗੁਰਦੀਪ ਸਿੰਘ, ਜੋ ਕਿ ਬਾਏ ਪ੍ਰੋਫੈਸ਼ਨ ਐਡਵੋਕੇਟ ਆ, ਅਤੇ ਉਸਦੇ ਬਾਪ ਜੋਗਿੰਦਰ ਸਿੰਘ ਵੱਲੋਂ ਜੋ ਇੰਜਰਡ ਨੇ ਉਹਨਾਂ 'ਤੇ ਆਪਣੇ ਵੈਪਨ ਨਾਲ ਫਾਇਰ ਕੀਤੇ ਗਏ ਆ, ਔਰ ਜੋ ਅੱਗੇ ਸਾਰੇ ਕੇਸ ਦੀ ਤਫਤੀਸ਼ ਚੱਲ ਰਹੀ ਆ, FIR ਦਰਜ ਕਰਕੇ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਏਗਾ। ਸਰ, ਸੁਣਨ ਵਿੱਚ ਇਹ ਵੀ ਆ ਰਿਹਾ ਇੱਕ ਦੋ ਮੁੰਡਿਆਂ ਦੀ ਡੈਥ ਵੀ ਹੋਈ ਹੈ। ਇਹ ਅਜੇ ਕਨਫਰਮ ਨਹੀਂ ਹੋਇਆ। ਅੰਮ੍ਰਿਤਸਰ ਸਾਡੀ ਪੁਲਿਸ ਟੀਮ, DSP ਬਲਬੀਰ ਸਿੰਘ ਫਤਿਹਗੜ੍ਹ ਚੂੜੀਆਂ, ਉਹ ਉੱਥੇ ਆਪ ਗਏ ਨੇ, ਔਰ ਜੋ ਵੀ ਅੱਗੇ ਫੈਕਟ ਸਾਹਮਣੇ ਆਉਣਗੇ ਤੁਹਾਡੀ ਨੌਲੇਜ 'ਚ ਲਿਆਵਾਂਗੇ। ਸਰ, ਕੋਈ ਲੜਕਾ ਅਰੈਸਟ ਵੀ ਕੀਤਾ ਜੀ? ਨਹੀਂ, ਅਜੇ FIR ਰਜਿਸਟਰ ਕਰ ਰਹੇ ਹਾਂ, ਫਿਰ ਦੋਸ਼ੀਆਂ ਨੂੰ ਵੀ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ। ਸਰ, ਤਿਆਰ ਵੀ ਅਰੈਸਟ ਕੀਤਾ ਜਾਵੇ? ਨਹੀਂ, ਅਜੇ ਕਿਸੇ ਪ੍ਰਕਾਰ ਦੀ ਕੋਈ ਵੈਪਨ ਦਾ ਨਹੀਂ ਪਤਾ ਲੱਗਾ, ਅਤੇ ਸਾਰੀਆਂ ਜੋ ਵੀ ਗੱਲਾਂ ਨੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ। FIR ਦਰਜ ਕਰਕੇ ਤੁਹਾਡੀ ਨੌਲੇਜ 'ਚ ਵੀ ਲਿਆਵਾਂਗੇ, ਅਤੇ ਦੋਸ਼ੀਆਂ ਨੂੰ ਵੀ ਜਲਦੀ ਤੋਂ ਜਲਦੀ ਅਰੈਸਟ ਕਰਾਂਗੇ। ਸਰ, ਲਾਇਸੈਂਸ ਵੀ ਹੈ ਤੇਰਾ? ਇਹ ਕਲੀਅਰ ਕਰ ਰਹੇ ਹਾਂ ਜੀ, ਮੇਨ ਗੱਲ ਇਹੀ ਆ ਕਿ ਜ਼ਮੀਨੀ ਝਗੜੇ ਨੂੰ ਲੈ ਕੇ ਇਹਨਾਂ ਦਾ ਆਪਸੀ ਪਹਿਲਾਂ ਬੋਲ ਬੁਲਾਰਾ ਹੋਇਆ, ਉਸ ਤੋਂ ਬਾਅਦ
ਜਿਹੜਾ ਦੋਸ਼ੀ ਗੁਰਦੀਪ ਸਿੰਘ ਆ ਅਤੇ ਉਹਦੇ ਫਾਦਰ ਨੇ, ਇਹਨਾਂ ਨੇ ਬਾਕੀ ਜਿਹੜੇ ਵਿਕਟਮ ਨੇ ਉਹਨਾਂ 'ਤੇ ਫਾਇਰ ਕੀਤੇ ਆ।